ਸਤਿਗੁਰ ਪੁਰਖ ਮਿਲਾ ਅਵਗੁਣ ਵਿਗਣਾ ਗੁਣ ਰਵਾ ਬਲਰਾਮ ਜੀਆ ਹਰ ਹਰ ਨਾਮ ਧਿਆ ਹਰ ਹਰ ਨਾਮ ਧਿਆ ਗੁਰਬਾਣੀ ਨਿਤ ਨਿਤ ਚਵਾ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਆ ਹਰ 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 ਨਾਮ ਧਿਆ ਹਰ ਹਰ ਨਾਮ ਧਿਆ ਗੁਰਬਾਣੀ ਨਿਤ ਨਿਤ ਚਵਾ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਆ ਸਤਿਗੁਰ ਪੁਰਖ ਮਿਲਾ ਸਤਿਗੁਰ ਪੁਰਖ ਮਿਲਾ ਅਵਗੁਣ ਵਿਗਣਾ ਅਵਗੁਣ ਵਿਗਣਾ ਗੁਣ ਰਵਾ ਅਵਗੁਣ ਗੁਣ ਰਵਾ ਬਲਰਾਮ ਜੀਆ ਸਤਿਗੁਰ ਪੁਰਖ ਮਿਲਾ ਸਤਿਗੁਰ ਪੁਰਖ ਮਿਲਾ ਗੁਰਬਾਣੀ ਸਦ ਮਿੱਠੀ ਲਾਗੀ ਗੁਰਬਾਣੀ ਸਦ ਮਿੱਠੀ ਲਾਗੀ
ਆਪ ਵਿਕਾਰ ਗਵਾਇਆ। ਗੁਰਬਾਣੀ ਸਦ ਮਿੱਠੀ ਲਾਗੀ, ਪਾਪ ਵਿਕਾਰ ਗਵਾਇਆ। ਹਉ ਮੇਰੋ ਗਿਆ ਭਉ ਭਾਗਾ, ਹਉ ਮੇਰੋ ਗਿਆ ਭਉ ਭਾਗਾ। ਸਹਿਜ ਮਿਲਾਇਆ, ਸਹਿਜ ਮਿਲਾਇਆ। ਸਤਿਗੁਰ ਪੁਰਖ ਮਿਲਾ, ਸਤਿਗੁਰ ਪੁਰਖ ਮਿਲਾ, ਅਵਗੁਣ ਵਿਕਣਾ, ਅਵਗੁਣ ਵਿਕਣਾ, ਗੁਣ ਰਵਾ ਬਲਰਾਮ ਜੀਓ। ਸਤਿਗੁਰ ਪੁਰਖ ਮਿਲਾ, ਸਤਿਗੁਰ ਪੁਰਖ ਮਿਲਾ। ਕਾਇਆ ਸੇਜ ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ, ਕਾਇਆ ਸਹਿਜ ਗੁਰ ਸ਼ਬਦ ਸੁਖਾਲੀ, ਗਿਆਨ
ਤਤ ਕਰ ਭੋਗਾ। ਗਿਆਨ ਤਤ ਕਰ ਭੋਗਾ, ਅਨ ਦਿਨ ਸੁਖ ਮਾਣੇ, ਅਨ ਦਿਨ ਸੁਖ ਮਾਣੇ, ਨਿਤ ਰਲਿਆ ਅਨ ਦਿਨ ਸੁਖ ਮਾਣੇ, ਨਿਤ ਰਲਿਆ ਨਾਨਕ ਨਾਨਕ ਤੁਰ ਸੰਜੋਗ। ਨਾਨਕ ਤੁਰ ਸੰਜੋਗ, ਸਤਿਗੁਰ ਪੁਰਖ ਮਿਲਾ, ਸਤਿਗੁਰ ਪੁਰਖ ਮਿਲਾ, ਅਵਗੁਣ ਵਿਕਨਾ, ਅਵਗੁਣ ਵਿਕਨਾ ਗੁਣ ਰਵਾ, ਅਵਗੁਣ ਵਿਕਨਾ ਗੁਣ ਰਵਾ, ਬਲਰਾਮ ਜੀਓ ਹਰ ਹਰ ਨਾਮ ਧਿਆ, ਹਰ ਹਰ ਨਾਮ ਧਿਆ, ਗੁਰਬਾਣੀ ਨਿਤ ਨਿਤ ਚਵਾ, ਗੁਰਬਾਣੀ ਨਿਤ ਨਿਤ ਚਵਾ, ਬਲਰਾਮ ਜੀਓ ਸਤਿਗੁਰ ਪੁਰਖ ਮਿਲਾ, ਸਤਿਗੁਰ ਪੁਰਖ ਮਿਲਾ, ਸਤਿਗੁਰ ਪੁਰਖ ਮਿਲਾ। ਸਤਿਗੁਰ ਪੁਰਖ ਮਿਲਾ, ਸਤਿਗੁਰ ਪੁਰਖ ਮਿਲਾ,
ਔਗਣ ਵਿਕਲਣਾ ਅਵਗੁਣ ਵਿਕਲਣਾ ਗੁਣ ਰਵਾ ਬਲਰਾਮ ਜੀਓ ਅਵਗੁਣ ਵਿਕਲਣਾ ਨਾਨਕ ਅਵਗੁਣ ਜੇਤੜੇ ਨਾਨਕ ਅਵਗੁਣ ਜੇਤੜੇ ਤੇਤੇ ਗਲੀ ਜ਼ੰਜੀਰ ਅਵਗੁਣ ਵਿਕਣਾ ਜੇ ਗੁਣ ਹੋਣ ਤਾਂ ਕਟਿਆਂ ਗੁਣ ਰਵਾ ਅਵਗੁਣ ਵਿਕਣਾ ਜੇ ਗੁਣ ਹੋਣ ਤਾਂ ਕਟਿਆਂ ਗੁਣ ਵਿਚਾਰੀ ਸਤਿਗੁਰ ਪੁਰਖ ਮਿਲਾ ਗੁਣ ਵਿਚਾਰੀ ਗੁਣ ਸੰਗ੍ਰਹ ਅਵਗੁਣ ਕੱਢਾ ਧੋਏ ਅਵਗੁਣ ਕੱਢਾ ਧੋਏ ਅਵਗੁਣ ਵਿਕਣਾ ਗੁਣ ਰਵਾ ਜੇ ਗੁਣ ਹੋਣ ਤਾਂ ਕੱਟਿਆਂ ਜੇ ਗੁਣ ਹੋਣ ਤਾਂ ਕੱਟਿਆਂ ਗੁਣਾ ਕਹੋਵੇ ਵਾਸਲਾ ਕੱਢ ਵਾਸ ਲਈ ਜੈ ਜੈ ਗੁਣ ਹੋਵਨ ਸਾਜਨਾ ਗੁਣ ਹੋਣ ਤਾਂ ਕੱਟੀ ਜੇ ਗੁਣ ਹੋਵੇ ਸਾਜਨਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣਾ ਕੇਰੀ ਸਾਂਝ ਕਰੀ ਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਐ ਅਵਗੁਣ ਵਿਕਣਾ ਗੁਣ ਰਵਾ ਸਾਂਝ ਕਰੀ ਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਐ ਸਤਿਗੁਰ ਪੁਰਖ ਮਿਲਾ ਹੈ
ਸਤਿਗੁਰ ਗੁਣੀ ਨਿਧਾਨ ਹੈ ਗੁਰ ਪ੍ਰਸਾਦੀ ਗੁਣ ਪਾਈਅਨ ਸਤਿਗੁਰ ਪੁਰਖ ਮਿਲਾਏ ਗੁਰ ਪ੍ਰਸਾਦੀ ਗੁਣ ਪਾਈਅਨ ਜਿਸ ਨੂੰ ਨਦਰ ਕਰੇ ਸਤਿਗੁਰ ਪੁਰਖ ਮਿਲਾਏ ਮੰਗਣਾ ਕੋਈ ਐਸਾ ਬਾਜ਼ਾਰ ਮਿਲੇ ਕੋਈ ਐਸਾ ਸ਼ਾਹ ਸੰਪਰਕ ਵਿੱਚ ਆਵੇ ਜਿਹੜਾ ਮੇਰੇ ਅਵਗੁਣ ਲੈ ਲੈ ਅਵਗੁਣ ਲੈ ਲੈ ਕਿਉਂਕਿ ਅਵਗੁਣਾਂ ਕਰਕੇ ਹੀ ਦੁਖੀ ਆ ਗੁਲਾਮੀ ਜਿੰਨੀ ਹੈ ਉਹ ਅਵਗੁਣਾਂ ਕਰਕੇ ਹੈ ਨਾਨਕ ਅਵਗੁਣ ਜੇਤੜੇ ਤੇਤੇ ਗਲੀ ਜ਼ੰਜੀਰ ਅਤੇ ਮੈਂ ਕੋਈ ਉਹ ਦੁਕਾਨ ਚਾਹੁੰਦਾ ਜਿੱਥੇ ਮੇਰੇ ਔਗਣ ਵਿਖ ਜਾਣ ਅੱਜ ਸਬਜੈਕਟ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਐਸਾ ਸ਼ਾਹ ਜਿਹੜਾ ਮੇਰਾ ਔਗਣ ਖਰੀਦ ਲੈ ਅਤੇ ਬਦਲੇ ਵਿੱਚ ਮੈਨੂੰ ਗੁਣ ਦੇ ਦੇ ਮੇਰੇ ਕੋਲ ਗੁਣ ਆ ਜਾਣ ਅਵਗਣ ਵਿਕ ਜਾਣ ਲਓ ਜ਼ਰਾ ਇਸ ਤੁਕ ਨੂੰ ਦੁਬਾਰਾ ਪੜ੍ਹ ਲਈਏ ਸਤਿਗੁਰ ਪੁਰਖ ਮਿਲਾ ਅਵਗਣ ਕਰਕੇ ਦੁਖੀ ਹਾਂ ਗੁਣਾ ਕਰਕੇ ਸੁਖੀ ਹੋ ਜਾਵਾਂਗੀ ਕੋਈ ਦੁਕਾਨਦਾਰ ਜਿਹੜਾ ਮੇਰੇ ਦੁੱਖ ਖਰੀਦ ਲੈ ਸੁੱਖ ਦੇ ਦੇਵੇ ਮੈਂ ਹੈਰਾਨ ਹਾਂ ਉਸ ਦੁਕਾਨ ਦਾ ਨਾਮ ਬੜਾ ਪ੍ਰਚਲਿਤ ਹੈ ਅਸੀਂ ਰੋਜ਼ ਉਸ ਦੁਕਾਨ ਦਾ ਬੋਰਡ ਪੜ੍ਹਨੇ ਵੀ ਹਾਂ ਫਿਰ ਕਿਉਂ ਨਹੀਂ ਉਸ ਦੁਕਾਨ 'ਤੇ ਜਾਂਦੇ ਰੋਜ਼ ਨਹੀਂ ਪੜ੍ਹਦੇ ਦੁੱਖ ਪਰ ਹਰ ਕੋਈ ਆਵਾਜ਼ ਦੇ ਰਿਹਾ ਦੁੱਖ ਪਰ ਹਰ ਸੁੱਖ ਘਰ ਲੈ ਜਾਓ ਹੈਂ ਆਓ ਅਵਗੁਣ ਜਿਹੜੇ ਦੁੱਖਾਂ ਦੇ ਕਾਰਨ ਨੇ ਆ ਸੰਸਾਰ ਅੰਦਰ ਇਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ ਇੱਥੇ ਰੁਕਣਾ ਚਾਹੁੰਦਾ ਆ ਧਰਮ ਇਹਨੂੰ ਵੀ ਨਹੀਂ ਸਮਝਿਆ ਜਾ ਰਿਹਾ ਅਤੇ ਧਰਮ
ਦੀ ਆੜ ਵਿੱਚ ਜੋ ਕੰਮ ਕੀਤੇ ਜਾ ਰਹੇ ਨੇ, ਜੋ ਕੁਛ ਲੋਕਾਂ ਦੇ ਪਬਲਿਕ ਦੇ ਦਿਮਾਗ ਵਿੱਚ ਵਿਚਾਰਾਂ ਵਿੱਚ ਬਿਠਾਇਆ ਜਾ ਰਿਹਾ ਹੈ, ਉਹ ਵੀ ਨਹੀਂ ਸਮਝਿਆ ਜਾ ਰਿਹਾ। ਜਿੰਨਾ ਧਰਮ ਚੱਲ ਰਿਹਾ ਹੈ ਨਾ ਦੁਨੀਆਂ ਦਾ, ਉਹ ਦੋ ਗੱਲਾਂ ਦੇ ਸਹਾਰੇ ਚੱਲ ਰਿਹਾ ਹੈ, ਇੱਕ ਸੁੱਖ ਇੱਕ ਦੁੱਖ। ਸੁੱਖ ਚਾਹੀਦਾ ਹੈ, ਦੁੱਖ ਤੋਂ ਨਫ਼ਰਤ ਹੈ। ਪਰ ਮੈਂ ਹੈਰਾਨ ਹਾਂ, ਜਦੋਂ ਮੈਂ ਗੁਰਬਾਣੀ ਦੇ ਨੇੜੇ ਜਾਣਾ, ਗੁਰੂ ਇੱਕ ਆਵਾਜ਼ ਦੇ ਰਿਹਾ ਹੈ, ਕਹਿੰਦਾ ਨਾਨਕ ਬੋਲਣ ਚੱਖਣਾ। ਇਹ ਚਾਹੁੰਦਾ ਦੁੱਖ ਚਲੇ ਜਾਣ, ਸੁੱਖ ਆ ਜਾਣ। ਇਹਦਾ ਮਤਲਬ ਦੁੱਖ ਅਤੇ ਸੁੱਖ ਨੂੰ ਵੀ ਤੂੰ ਸਮਝ ਨਹੀਂ ਸਕਿਆ। ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਏ ਸੁੱਖ। ਗੁਰਬਾਣੀ ਅਤੇ ਧਰਮ ਚੱਲ ਹੀ ਇਸ ਗੱਲ 'ਤੇ ਰਿਹਾ ਹੈ। ਜਿਹੜੇ ਦੁਖੀ ਲੋਕ ਨੇ ਉਹ ਗੁਰਦੁਆਰੇ ਆਉਂਦੇ ਨੇ ਅਰਦਾਸ ਕਰਨ ਲਈ ਅਤੇ ਸੁੱਖ ਮੰਗਣ ਲਈ। ਸੁੱਖਾਂ ਦੀ ਚਾਹਤ ਮਨੁੱਖ ਨੂੰ ਧਰਮ ਲਈ ਪ੍ਰੇਰਦੀ ਹੈ। ਉਹਨੇ ਸਮਝ ਲਿਆ ਵੀ ਧਰਮ ਵਿੱਚੋਂ ਕੋਈ ਸੁੱਖ ਮਿਲਦਾ ਹੈ। ਅਤੇ ਦੁੱਖਾਂ ਤੋਂ ਨਫ਼ਰਤ ਜਿਹੜੀ ਹੈ ਉਹ ਵੀ ਮਨੁੱਖ ਨੂੰ ਧਰਮ ਲਈ ਪ੍ਰੇਰਦੀ ਹੈ। ਦੁੱਖਾਂ ਤੋਂ ਨਫ਼ਰਤ ਹੈ ਵੀ ਆਪਣੇ ਹਿਰਦੇ ਵਿੱਚ ਝਾਤ ਮਾਰਿਓ, ਦੁੱਖ ਕੋਈ ਚਾਹੁੰਦਾ ਹੈ, ਸੁੱਖ ਹਰ ਕੋਈ ਚਾਹੁੰਦਾ। ਅਸੀਂ ਹੌਲੀ ਹੌਲੀ ਉਸ ਸੁੱਖ ਅਤੇ ਦੁੱਖ ਦਾ ਨਾਮ ਵੱਡਾ ਕਰ ਦਿੱਤਾ, ਕਿਉਂਕਿ ਜਿੰਨਾ ਜ਼ਿਆਦਾ ਵੱਡਾ ਕਰੋਗੇ ਓਨੀ ਉਹਦੀ ਕੀਮਤ ਜ਼ਿਆਦਾ ਪਏਗੀ, ਓਨੇ ਹੀ ਉਹਦੇ ਗਾਹਕ ਜ਼ਿਆਦਾ ਹੋਣਗੇ। ਅਸੀਂ ਉਹਦਾ ਨਾਮ ਵੱਡਾ ਕਰ ਦਿੱਤਾ, ਉਹਨੂੰ ਸਿਰਫ ਇੱਥੋਂ ਜੋਗਾ ਹੀ ਨਾ ਛੱਡਿਆ, ਕਿਉਂਕਿ ਇੱਥੇ ਤਾਂ ਦੁੱਖ ਸੁੱਖ ਲੈਣ ਦੇਣ ਵਿੱਚ ਮਨੁੱਖ ਦੀ ਆਪਣੀ ਕੋਈ ਮੁਸ਼ਕਤ ਵੀ ਸੀ। ਸੁੱਖ ਲਈ ਮਨੁੱਖ ਦੁਕਾਨਦਾਰੀ ਕਰਦਾ, ਵਪਾਰ ਕਰਦਾ, ਸੌਦਾਗਰੀ ਕਰਦਾ, ਚੰਗੀ ਜੌਬ ਕਰਦਾ, ਕੁਝ ਕਰਦਾ ਹੀ ਹੈ ਨਾ। ਪਰ ਕੁਛ ਸੁੱਖ ਉਹ ਵੀ ਦਿਓ ਮਨੁੱਖ ਨੂੰ, ਦਿਖਾਓ ਜਿਹੜੇ ਉਹਦੇ ਆਪਣੇ ਵੱਸ ਵਿੱਚ ਨਾ ਹੋਣ ਪੈਦਾ ਕਰਨੇ। ਲੋ ਮੈਨੂੰ ਸੁਭਾਅ ਹੈ ਜ਼ਰਾ ਵਿਚਾਰਨ ਦਾ, ਅੱਜ ਦੀ ਵਿਚਾਰ ਜ਼ਰਾ ਆਪਾਂ ਬੜੇ ਧਿਆਨ ਨਾਲ ਦੇਖਣੀ ਹੈ। ਕੁਝ ਸੁੱਖ ਉਹ ਜਿਹੜੇ ਮਨੁੱਖ ਦੇ ਵੱਸ ਵਿੱਚ ਨਾ ਹੋਣ ਕਿ ਮੈਂ ਪੈਦਾ ਕਰ ਲਵਾਂਗਾ। ਇੱਕ ਬੇਘਰ ਹੈ, ਉਹ ਘਰ ਬਣਾਉਣ ਲਈ ਕੋਈ ਕਮਾਈ ਕਰੇਗਾ, ਕੁਝ ਕਰੇਗਾ ਨਾ, ਪਰ ਇਸ ਨੂੰ ਵੱਡਾ ਕਰ ਦਿਓ, ਉੱਥੋਂ ਤੱਕ ਲੈ ਜਾਓ ਕਿ ਮਨੁੱਖ ਸਮਝੇ ਵੀ ਇਹ ਕੰਮ ਮੈਂ ਨਹੀਂ ਕਰ ਸਕਦਾ, ਫਿਰ ਉਹ ਧਰਮ ਦੇ ਅਧੀਨ ਆਵੇਗਾ, ਧਰਮ ਦਾ ਸਹਾਰਾ ਲਏਗਾ। ਉਹ ਕੀ ਹੈ, ਜਾਣ ਜਾਣ ਸਭ ਕਹੇ ਤਾਂ ਹੀ,
ਜੀਵਨ ਨਾਲ ਸੰਬੰਧ ਹੀ ਛੱਡ ਦਿਓ ਕਿ ਜਿਉਂਦਿਆਂ ਮੈਂ ਕੁਝ ਕਰਨਾ ਹੈ। ਘਰ ਚਾਹੀਦਾ ਮਰਨ ਤੋਂ ਬਾਅਦ, ਤੇ ਉਹ ਘਰ ਖੂਬਸੂਰਤ ਚਾਹੀਦਾ ਮਰਨ ਤੋਂ ਬਾਅਦ। ਉਸ ਘਰ ਵਿੱਚ ਸਾਰੇ ਸੁੱਖ ਜੀਵਨ ਦੇ ਚਾਹੀਦੇ ਨੇ ਮਰਨ ਤੋਂ ਬਾਅਦ, ਤੇ ਉਹ ਜਿਹਾ ਘਰ ਕੀ ਹੈ, ਉਹਦਾ ਨਾਮ ਬੈਕੁੰਠ ਰੱਖ ਦਿੱਤਾ। ਲੋ ਮਨੁੱਖ ਧਰਮ ਕਰ ਰਿਹਾ, ਬੈਕੁੰਠ ਮਿਲੇਗਾ, ਬੈਕੁੰਠ ਮਿਲੇਗਾ। ਆ ਇੱਕ ਖਿਆਲ ਕਰਿਓ, ਮੌਤ ਤੋਂ ਬਾਅਦ ਇੱਕ ਅਰਦਾਸ ਵੀ ਆਮ ਹੁੰਦੀ ਹੈ। ਉਹ ਅਰਦਾਸ ਦੇ ਲਫ਼ਜ਼ ਬੜੇ ਮਕਬੂਲ ਨੇ ਕਿ ਇਹਦੀ ਆਤਮਾ ਨੂੰ, ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ। ਹੈ ਚਰਨਾਂ ਵਿੱਚ ਨਹੀਂ, ਉਹਨੂੰ ਪਤਾ ਹੈ ਵੀ ਰੱਬ ਬੈਕੁੰਠ ਵਿੱਚ ਰਹਿੰਦਾ, ਇਹਨੂੰ ਪਤਾ ਲੱਗਾ ਹੈ ਵੀ ਰੱਬ ਬੈਕੁੰਠ ਵਿੱਚ ਰਹਿੰਦਾ, ਅਤੇ ਜੇ ਮੈਨੂੰ ਉਹਦੇ ਚਰਨਾਂ ਵਿੱਚ ਨਿਵਾਸ ਮਿਲੇਗਾ ਤਾਂ ਮੇਰਾ ਮਤਲਬ ਮੈਂ ਵੀ ਬੈਕੁੰਠ ਵਿੱਚ ਜਾਵਾਂਗਾ। ਲੋਕ ਬਣਿਆ ਬਣਾਇਆ ਸੁੱਖ ਬਣਿਆ ਬਣਾਇਆ ਘਰ ਮੈਨੂੰ ਵੀ ਮਿਲ ਜਾਏਗਾ। ਬੈਕੁੰਠ ਦੀ ਇੱਕ ਲਾਲਸਾ ਪੈਦਾ ਹੋ ਗਈ, ਉਸ ਲਾਲਸਾ ਨੇ ਇੱਕ ਅਰਦਾਸ ਦਾ ਲਫ਼ਜ਼ ਆਖਿਆ, ਮਰਨ ਤੋਂ ਬਾਅਦ ਇਸ ਜੀਵ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ। ਭਾਵ ਉਸੇ ਬੈਕੁੰਠ ਵਿੱਚ ਜਿੱਥੇ ਤੂੰ ਰਹਿੰਦਾ ਉੱਥੇ ਇਹਨੂੰ ਟਿਕਾਣਾ ਮਿਲ ਜਾਏ। ਪਰ ਗੁਰੂ ਨੇ ਇੱਕ ਲਫ਼ਜ਼ ਕਹਿ ਦਿੱਤੇ, ਕਹਿਣ ਲੱਗੇ, ਜਾਨ ਜਾਨ ਸਭ ਕਹੇ ਤਾਹੀ। ਹਰ ਕੋਈ ਚਾਹੁੰਦਾ ਸੀ ਮੈਂ ਬੈਕੁੰਠ ਵਿੱਚ ਜਾਵਾਂ, ਇਸ ਲਈ ਅਰਦਾਸ ਸਾਰਿਆਂ ਲਈ ਇਹੋ ਹੁੰਦੀ ਹੈ, ਹਰ ਕੋਈ ਉੱਥੇ ਜਾਣਾ ਚਾਹੁੰਦਾ। ਪਰ ਉਹਨਾਂ ਵਿੱਚੋਂ ਜਿੰਨੇ ਭੇਜਣਾ ਹੈ ਉੱਥੇ, ਜਿੰਨੇ ਅਰਦਾਸ ਕਰਨੀ, ਉਹਨੇ ਵੇਖਿਆ ਉੱਥੇ ਕੀ ਹੈ? ਨਾ ਉਹਨੇ ਵੇਖਿਆ, ਨਾ ਜਾਣ ਵਾਲੇ ਨੇ ਵੇਖਿਆ, ਨਾ ਉਹਨਾਂ ਨੇ ਆ ਕੇ ਦੱਸਿਆ ਵੀ ਮੈਂ ਕਿੱਥੇ ਗਿਆ। ਦੇਖੋ ਗੁਰਬਾਣੀ ਅਨੇਕਾਂ ਭੇਤ ਖੋਲਦੀ, ਮਨੁੱਖ ਨੂੰ ਉਸ ਜਾਲ ਵਿੱਚੋਂ ਬਾਹਰ ਕੱਢਦੀ ਹੈ। ਗੁਰੂ ਕਹਿੰਦੇ ਨੇ, ਜਾਨ ਜਾਨ ਸਭ ਕਹੇ ਤਾਹੀ, ਨਾ ਜਾਣਾ ਬੈਕੁੰਠ ਕਾਹੀ, ਨਾ ਜਾਣਾ ਬੈਕੁੰਠ ਕਾਹੀ। ਬਲਕਿ ਇੱਥੋਂ ਤੱਕ ਮਨਾ ਕਰ ਦਿੱਤਾ, ਆਖਿਆ ਜਬ ਲਗ ਮਨ ਮਨ ਬੈਕੁੰਠ ਕੀ ਆਸ। ਤੂੰ ਕਹਿੰਦਾ ਮੈਨੂੰ ਚਰਨਾਂ 'ਚ ਨਿਵਾਸ ਦੇ, ਤੂੰ ਕਹਿੰਦਾ ਇਹਨੂੰ ਚਰਨਾਂ ਵਿੱਚ ਨਿਵਾਸ ਦੇ। ਜਿੰਨੀ ਦੇਰ ਬੈਕੁੰਠ ਦੀ ਆਸ ਹੈ ਇਹਨੂੰ ਚਰਨਾਂ 'ਚ ਨਿਵਾਸ ਨਹੀਂ ਮਿਲ ਸਕਦਾ। ਕਿਉਂ? ਲਓ ਮੈਂ ਇਸ ਤੋਂ ਅੱਗੇ ਵਧਣਾ ਚਾਹੁੰਦਾ। ਗੁਰਬਾਣੀ ਵਿੱਚ ਗੁਰੂ ਕਹਿੰਦੇ ਨੇ, ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਬੈਕੁੰਠ ਵਿੱਚ ਜਾਣਾ ਚਾਹੁੰਦਾ,
ਬੈਕੁੰਠ ਦੀ ਸੋਚ ਨੇ ਅਤੇ ਬੈਕੁੰਠ ਦੀ ਚਾਹਤ ਨੇ ਇਹਨੂੰ ਧਰਮ ਵੱਲ ਜੋੜੀ ਰੱਖਿਆ। ਧਰਮ ਇੱਕ ਐਸਾ ਜਾਲ ਬਣ ਗਿਆ ਆਸਾਨੀ ਨਾਲ, ਕਿਉਂਕਿ ਅਣਜਾਣੇ ਜਿਹਨੂੰ ਇਹ ਜਾਣਦਾ ਹੀ ਨਹੀਂ ਉਹਦਾ ਸਹਾਰਾ ਲੈ ਕੇ ਇਹ ਬੈਕੁੰਠ ਜਾਣਾ ਚਾਹੁੰਦਾ। ਅਤੇ ਦੂਜਾ ਹੈ ਮੁਕਤੀ। ਦੋ ਚੀਜ਼ਾਂ ਧਰਮ ਦੇ ਅਗਲੇ ਖੇਤਰ ਦੀਆਂ ਨੇ। ਬਾਕੀ ਸੰਸਾਰ ਅੰਦਰ ਜਿੰਨੇ ਦੁੱਖ ਜਾਂ ਸੁੱਖ ਨੇ ਉਹਨਾਂ ਦਾ ਉਪਰਾਲਾ ਮਨੁੱਖ ਕਰਦਾ ਰਹਿੰਦਾ। ਰੋਗੀ ਹੁੰਦਾ, ਕਿਸੇ ਡਾਕਟਰ ਕੋਲ ਜਾਂਦਾ, ਕੋਈ ਦਵਾਈ ਖਾਂਦਾ, ਕੋਈ ਇੰਜੈਕਸ਼ਨ ਲਵਾਉਂਦਾ, ਬੁਢੇਪਾ ਆਉਂਦਾ, ਕੋਈ ਸੋਟੀ ਦਾ ਸਹਾਰਾ ਲੈਂਦਾ, ਅੱਖਾਂ ਕੰਮ ਨਹੀਂ ਕਰਦੀਆਂ, ਕੋਈ ਐਨਕ ਦਾ ਸਹਾਰਾ ਲੈਂਦਾ, ਬਹੁਤ ਕੁਝ ਸਹਾਰੇ ਇੱਥੇ ਧਰਤੀ 'ਤੇ ਹਨ ਜੋ ਮਨੁੱਖ ਦੀ ਕਮੀ ਮਿਲੇ ਉਹਦੀ ਸਹਾਇਤਾ ਕਰਦੇ ਨੇ, ਸਾਥ ਦਿੰਦੇ ਨੇ। ਪਰ ਇਹਨੂੰ ਮਰਨ ਤੋਂ ਬਾਅਦ ਦੇ ਖੇਤਰ ਵਿੱਚ ਲੈ ਜਾਓ, ਉੱਥੇ ਇੱਥੋਂ ਦੀ ਐਨਕ ਵੀ ਨਾ ਜਾਵੇ, ਇੱਥੋਂ ਦੀ ਸੋਟੀ ਵੀ ਨਾ ਜਾਵੇ, ਇੱਥੋਂ ਦੇ ਇੰਜੈਕਸ਼ਨ ਵੀ ਨਾ ਜਾਣ। ਉੱਥੇ ਮੈਂ ਆਖਾਂ ਕੇਵਲ ਧਰਮ ਹੀ ਜਾ ਸਕਦਾ, ਤੇਰਾ ਸਹਾਇਕ ਹੋ ਸਕਦਾ। ਇਸ ਲਈ ਇਹਨੂੰ ਮਰਨ ਤੋਂ ਬਾਅਦ ਬੈਕੁੰਠ ਦੇ ਰਾਹ ਪਾਇਆ ਗਿਆ। ਅਤੇ ਬੈਕੁੰਠ ਦੇ ਰਾਹ ਇਸ ਲਈ ਪਾਇਆ ਗਿਆ ਕਿ ਆਖਿਆ ਤੂੰ ਇਸ ਧਰਤੀ 'ਤੇ ਦੁਖੀ ਹੈ। ਦੂਜਾ ਪੱਖ ਧਰਮੀ ਦਾ ਮੁਕਤੀ, ਆ ਮੁਕਤੀ ਲਫਜ਼ ਨੂੰ ਵੀ ਧਰਮ ਨਾਲ ਜੋੜ ਦਿੱਤਾ ਗਿਆ। ਅਤੇ ਮੁਕਤੀ ਦਾ ਅਰਥ ਕੀ ਹੈ? ਸੰਸਾਰ ਤੋਂ ਨਫ਼ਰਤ, ਜਿਹੜਾ ਅਰਥ ਕੀਤਾ ਗਿਆ ਵੀ ਮੁੜ ਕੇ ਮਨੁੱਖ ਜਨਮ ਮਰਨ ਤੋਂ ਰਹਿਤ ਹੋ ਜਾਏ, ਉਹਨੂੰ ਮੁਕਤੀ ਆਖਦੇ ਨੇ। ਧਰਮ ਨੂੰ ਇਹ ਪੜ੍ਹਾਇਆ, ਧਰਮੀ ਨੂੰ ਇਹ ਪੜ੍ਹਾਇਆ ਗਿਆ ਕਿ ਜੇ ਤੂੰ ਮੁਕਤ ਹੋ ਜਾਏ, ਮੁਕਤ ਹੋ ਜਾਏ ਤਾਂ ਫਿਰ ਤੈਨੂੰ ਇਸ ਧਰਤੀ 'ਤੇ ਵਾਰ ਵਾਰ ਜਨਮ ਨਹੀਂ ਲੈਣਾ ਪਏਗਾ। ਹੈ ਸੋਚਿਓ, ਇਹ ਦੁਨੀਆ, ਇਹ ਧਰਤੀ, ਇਹ ਸੰਸਾਰ ਇੰਨਾ ਮਾੜਾ ਹੈ? ਇਹ ਤਾਂ ਨਫ਼ਰਤ ਦੀ ਨਿਸ਼ਾਨੀ ਹੈ। ਤੂੰ ਇੱਥੇ ਆਉਣਾ ਵੀ ਨਹੀਂ ਚਾਹੁੰਦਾ, ਇੱਥੇ ਰਹਿਣਾ ਵੀ ਨਹੀਂ ਚਾਹੁੰਦਾ, ਆਖਿਰ ਤਾਂ ਜਨਮ ਲੈਣਾ ਇਸ ਧਰਤੀ 'ਤੇ, ਇਸ ਦੁਨੀਆ ਵਿੱਚ, ਅਤੇ ਤੈਨੂੰ ਦੁਨੀਆ ਤੋਂ ਇੰਨੀ ਨਫ਼ਰਤ ਹੋ ਗਈ ਹੈ ਕਿ ਤੂੰ ਚਾਹੁੰਦਾ ਮੈਂ ਧਰਮ ਦੇ ਅੰਦਰ ਸਭ ਕੁਛ ਵਾਰਦਿਆਂ ਜੇ ਮੈਨੂੰ ਮੁਕਤੀ ਮਿਲ ਜਾਏ। ਆ ਤੀਰਥਾਂ 'ਤੇ ਜਾ ਕੇ ਆਰਿਆਂ ਨਾਲ ਵੀ ਚਰਾਏ ਗਏ ਲੋਕ ਇਸ ਖਿਆਲ ਨਾਲ ਕਿ ਮੁਕਤੀ ਮਿਲ ਜਾਏਗੀ। ਮੁਕਤੀ ਦੀ ਇੰਨੀ, ਔਰ ਮੁਕਤੀ ਦਾ ਦੂਜਾ ਅਰਥ ਹੈ ਸੰਸਾਰ ਤੋਂ ਨਫ਼ਰਤ, ਵੀ ਮੈਂ ਮੁੜ ਮੁੜ ਕੇ ਜਨਮ ਨਾ ਲਵਾਂ, ਮੈਂ ਰੁਕਣਾ ਚਾਹੁੰਦਾ, ਮੁੜ ਮੁੜ ਕੇ ਜਨਮ ਨਾ ਲਵਾਂ। ਤੂੰ ਦੁਨੀਆ ਨੂੰ ਇੰਨਾ ਮਾੜਾ ਸਮਝ ਰਿਹਾ, ਦੁਨੀਆ ਕਿੰਦੀ ਬਣਾਈ ਹੋਈ ਹੈ? ਤੇਰਾ ਰੱਬ ਨਾਲ ਕੀ ਰਿਸ਼ਤਾ ਰਹਿ ਜਾਏਗਾ ਜੇ ਤੂੰ ਉਹਦੀ ਕਿਰਤ ਤੋਂ ਇੰਨੀ ਨਫ਼ਰਤ ਕਰੇਗਾ? ਸੰਸਾਰ ਕਿੰਨੇ ਬਣਾਇਆ ਹੈ? ਸਤਿਗੁਰੂ ਬਾਣੀ ਵਿੱਚ ਆਖਦੇ ਨੇ ਕੀ ਆ, ਖੇਲ ਬਡਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ ਹੈ। ਰਚਨਹਾਰ ਤੋਂ
ਨਫ਼ਰਤ ਨਹੀਂ ਜਦੋਂ ਅਸੀਂ ਆਖਾਂਗੇ ਤੇਰੀ ਰਚਨਾ ਨੂੰ ਮੈਂ ਦੇਖਣਾ ਵੀ ਨਹੀਂ ਚਾਹੁੰਦਾ, ਮੈਂ ਰਹਿਣਾ ਵੀ ਨਹੀਂ ਚਾਹੁੰਦਾ, ਮੈਨੂੰ ਮੁਕਤ ਕਰ ਦੇ, ਮੁੜ ਕੇ ਉਸ ਦੁਨੀਆਂ ਵਿੱਚ, ਇਸ ਸੰਸਾਰ ਵਿੱਚ, ਤੇਰੀ ਬਣਾਈ ਹੋਈ ਖੂਬਸੂਰਤ ਦੁਨੀਆਂ ਵਿੱਚ ਮੈਂ ਮੁੜ ਕਦੀ ਨਾ ਆਵਾਂ। ਇੱਕ ਖਿਆਲ ਕਰਿਓ, ਕਦੀ ਗਹਿਰਾਈ ਨਾਲ ਦੇਖਿਓ ਤੇ ਇਹ ਸੰਸਾਰ ਖੂਬਸੂਰਤ ਹੈ। ਬਾਣੀ ਕਹਿੰਦੀ, ਕਹਿੰਦੇ ਨੇ ਸਭ ਦੁਨੀਆ ਸੁਭਾਨ ਜੇ ਸੱਚ ਕਮਾਈ ਹੈ। ਦੁਨੀਆ ਤਾਂ ਬੜੀ ਖੂਬਸੂਰਤ ਹੈ, ਇੰਨਾ ਕੁਝ ਮੇਰੇ ਮਾਲਕ ਨੇ ਬਣਾਇਆ। ਪਿਛਲੇ ਦਿਨਾਂ 'ਚ ਵੀ ਇਹ ਲਵਸਾਏ ਸਨ, ਦ੍ਰਿਸ਼ ਖਿੱਚਿਆ ਸੀ ਕਿ ਨਿਰੰਕਾਰ ਨੇ ਇੰਨੀ ਖੂਬਸੂਰਤ ਦੁਨੀਆ ਬਣਾਈ ਹੈ। ਇੰਨੇ ਰੰਗ ਭਰੇ ਨੇ, ਇੰਨੇ ਫੁੱਲ ਬੂਟੇ, ਇੰਨੇ ਪੰਛੀ, ਇੰਨੇ ਤੇਰੇ ਸੁੱਖਾਂ ਦੇ ਸਾਧਨ ਵੀ ਬਣਾਏ ਨੇ। ਫਿਰ ਇਸ ਦੁਨੀਆਂ ਤੋਂ ਨਫ਼ਰਤ ਕਿਉਂ? ਅਸਲ 'ਚ ਤੂੰ ਦੁਨੀਆਂ ਤੋਂ ਨਫ਼ਰਤ ਨਹੀਂ ਕਰ ਰਿਹਾ। ਇਸ ਦੁਨੀਆਂ ਨੂੰ ਜੇ ਭੈੜਾ ਮੰਦਹਾਭਾਗਾ ਬਣਾਇਆ, ਜੇ ਤੇਰੇ ਨਫ਼ਰਤ ਦਾ ਪਾਤਰ ਹੈ ਤਾਂ ਉਹ ਹੈ ਤੇਰੇ ਗੁਣ ਅਵਗੁਣ। ਅਸਲ ਵਿੱਚ ਦੁਨੀਆਂ ਮਾੜੀ ਇਸ ਤਰ੍ਹਾਂ ਹੋਈ ਹੈ ਕਿਉਂਕਿ ਦੁਨੀਆਂ ਦੇ ਲੋਕ ਮਾੜੇ ਹੋ ਗਏ ਨੇ। ਇਸ ਧਰਤੀ 'ਤੇ ਝੂਠ, ਫਰੇਬ, ਠੱਗੀਆਂ, ਜ਼ੁਲਮ, ਅਨਿਆਏ, ਬੇਇਨਸਾਫੀਆਂ, ਜਿਹੜਾ ਮਨੁੱਖ ਇਹਨਾਂ ਦੇ ਇਸ ਚੀਜ਼ਾਂ ਦੇ ਘੇਰੇ ਵਿੱਚ ਆ ਜਾਂਦਾ ਉਹੋ ਹੀ ਦੁਨੀਆਂ ਤੋਂ ਨਫ਼ਰਤ ਕਰਦਾ। ਕਦੀ ਵੇਖਿਆ ਜੇ ਕਿਸੇ ਸੁਖੀ ਆਦਮੀ ਨੇ ਵੀ ਸੁਸਾਈਡ ਕੀਤੀ ਹੋਵੇ? ਭਲਿਓ ਗੁਰਬਾਣੀ ਸਾਨੂੰ ਬਹੁਤ ਕੁਝ ਗਿਆਨ ਦਿੰਦੀ ਹੈ। ਜਿਹਨੇ ਦੁਨੀਆਂ ਅੰਦਰ ਸੁੱਖ ਵੇਖੇ ਨੇ ਉਹ ਕਦੀ ਸੁਸਾਈਡ ਨਹੀਂ ਕਰਦਾ। ਸੁਸਾਈਡ ਉਹਨਾਂ ਲੋਕਾਂ ਤੋਂ ਨਫ਼ਰਤ ਕਰਨ ਦੀ ਨਿਸ਼ਾਨੀ ਹੈ ਜਿਹੜੇ ਲੋਕ ਮਾੜੇ ਨੇ, ਜਿਨ੍ਹਾਂ ਦੁਨੀਆਂ ਨੂੰ ਦੋਜ਼ਕ ਨਰਕ ਬਣਾ ਦਿੱਤਾ ਹੈ। ਦੁਨੀਆਂ ਮਾੜੀ ਨਹੀਂ, ਇਹ ਦੁਨੀਆਂ ਸੁਭਾਨ ਜੇ ਸੱਚ ਕਮਾਈ ਹੈ। ਗੁਰਬਾਣੀ ਕਹਿੰਦੀ ਹੈ ਦੁਨੀਆਂ ਖੂਬਸੂਰਤ ਹੈ ਜੇ ਤੂੰ ਖੂਬਸੂਰਤ ਹੋ ਜਾਏ, ਜੇ ਤੇਰਾ ਦਿਲ, ਤੇਰੇ ਵਿਚਾਰ ਖੂਬਸੂਰਤ ਹੋ ਜਾਣ, ਹਰ ਪਾਸੇ ਨੇਕੀ, ਹਰ ਪਾਸੇ ਪਿਆਰ ਦੇ ਚਸ਼ਮੇ ਫੁੱਟ ਪੈਣ, ਦੁਨੀਆਂ 'ਚ ਹਰ ਇੱਕ ਨੂੰ ਚੰਗੇ, ਕੋਈ ਦੁਨੀਆਂ ਛੱਡ ਕੇ ਜਾਣਾ ਹੀ ਨਾ ਚਾਹੇ। ਜਿਹੜਾ ਮੁਕਤੀ ਹੋਣਾ ਚਾਹੁੰਦਾ ਨਾ, ਸਮਝ ਲਓ ਉਹਨੂੰ ਦੁਨੀਆਂ ਤੋਂ ਨਫ਼ਰਤ ਹੈ। ਗੁਰੂ ਨੇ ਬਾਣੀ ਅੰਦਰ ਇੱਕ ਲਫ਼ਜ਼ ਕਹਿ ਰਹੇ, ਉਹ ਮੈਂ ਸਾਂਝੇ ਕਰਨਾ ਚਾਹੁੰਦਾ। ਗੁਰੂ ਕਹਿੰਦੇ ਨੇ, ਸਗਲ ਗੁਣ ਜਿਹਦੇ ਕੋਲ ਗੁਣ ਹੀ ਗੁਣ ਹੋਣ, ਅਵਗੁਣ ਕੋਈ ਨਾ ਹੋਵੇ। ਸਗਲ ਗੁਣ ਅਵਗੁਣ ਨਾ ਕੋਈ, ਅਵਗੁਣ ਕੋਈ ਨਹੀਂ। ਕਹਿੰਦੇ ਨੇ ਰੱਬ ਕਰੇ ਇਹੋ ਜਿਹੇ ਲੋਕ ਰੋਜ਼ ਰੋਜ਼ ਦੁਨੀਆਂ 'ਤੇ ਆਉਣ, ਉਹਨਾਂ ਦੀ ਮੁਕਤੀ ਹੋਵੇ ਨਾ। ਗੁਰਬਾਣੀ ਨੇ ਤਾਂ ਕੈਸੇ ਕੈਸੇ ਖਿਆਲ ਦਿੱਤੇ ਨੇ, ਸਤਿਗੁਰੂ ਨੇ ਬਾਣੀਆਂ ਤੇਰੀ ਇੱਕ ਲਫ਼ਜ਼ ਕਹਿਣਾ। ਕਹਿੰਦੇ ਨੇ ਕਈ ਬੈਕੁੰਠ ਨਾਹੀਂ ਲਵੈ ਲੱਗ ਗਏ। ਲਵੈ ਲੱਗ ਗਏ ਦਾ ਮਤਲਬ ਹੁੰਦਾ ਨੇੜੇ ਆਉਣਾ, ਲਵੈ ਲੱਗ ਗਏ। ਕਈ ਉਹ ਵੀ ਨੇ ਜਿਹੜੇ ਬੈਕੁੰਠ ਦੇ ਲਵੇ ਨਹੀਂ ਲੱਗਦੇ, ਨੇੜੇ ਵੀ ਨਹੀਂ ਆਉਂਦੇ, ਕਹਿੰਦੇ ਮੈਨੂੰ ਬੈਕੁੰਠ ਦੀ ਲੋੜ ਨਹੀਂ।
ਤਾਂ ਬੈਕੁੰਠ ਜਾਂ ਕੀਰਤਨ ਤੇਰਾ। ਤੂੰ ਮੇਰੇ ਅੰਦਰ ਵੱਸ ਗਿਆ, ਜੇ ਤੂੰ ਬੈਕੁੰਠ ਵਿੱਚ ਰਹਿਣਾ ਤਾਂ ਤੂੰ ਮੇਰੇ ਮਨ ਵਿੱਚ ਵੱਸਣਾ, ਮਨ ਵੀ ਮੇਰਾ ਤਾਂ ਬੈਕੁੰਠ ਬਣ ਗਿਆ, ਮੈਂ ਕਿਸੇ ਹੋਰ ਬੈਕੁੰਠ ਦੀ ਭਾਲ ਕਿਉਂ ਕਰਾਂ। ਮੈਨੂੰ ਜ਼ਰੂਰਤ ਹੈ ਆਪਣੇ ਮਨ ਵਿੱਚ ਤੇਰਾ ਟਿਕਾਣਾ ਬਣਾਉਣ ਦੀ। ਗੁਰੂ ਬਾਣੀ ਵਿੱਚ ਆਖਿਆ, ਕਹਿਣ ਲੱਗੇ ਕਈ ਬੈਕੁੰਠ ਨਾ ਹੀ ਲਵੈ ਲੱਗੈ। ਕਈ ਲੋਕ ਉਹ ਵੀ ਨੇ ਮਹਾਨ ਜਿਹੜੇ ਬੈਕੁੰਠ ਦੇ, ਕਿਸੇ ਬੈਕੁੰਠ ਦੇ ਲਵੈ ਨਹੀਂ ਲੱਗਦੇ, ਨੇੜਿਓਂ ਨਹੀਂ ਲੰਘਦੇ, ਕਹਿੰਦੇ ਮੈਨੂੰ ਨਹੀਂ ਲੋੜ ਬੈਕੁੰਠ ਦੀ, ਮੈਂ ਮੁਕਤੀ ਨਹੀਂ ਚਾਹੁੰਦਾ। ਮੁਕਤੀ ਵਪੜੀ ਵੀ ਗਿਆਨੀ ਤਿਆਗੇ। ਗੁਰਬਾਣੀ ਪੜ੍ਹ ਲਓ, ਕੀ ਵਿਚਾਰੀ ਵਪੜੀ ਦਾ ਮਤਲਬ ਹੁੰਦਾ ਵਿਚਾਰੀ, ਕੀ ਵਿਚਾਰੀ ਮੁਕਤੀ ਹੈ। ਉਹਨੂੰ ਜਾਣ ਗਿਆਨਵਾਨ ਭਰਾ ਪੁਰਸ਼ ਜਿਹੜਾ ਗੁਣ ਅਤੇ ਅਵਗੁਣ ਨੂੰ ਪਛਾਣਦਾ, ਉਹਨੂੰ ਤਿਆਗ ਦਿੰਦਾ ਮੁਕਤੀ ਨੂੰ। ਮੈਨੂੰ ਮੁਕਤੀ ਦੀ ਲੋੜ ਨਹੀਂ, ਮੈਨੂੰ ਵਾਰ ਵਾਰ ਵੀ ਇਸ ਸੰਸਾਰ ਵਿੱਚ ਆਉਣਾ ਪਵੇ। ਇਹ ਸੰਸਾਰ ਤਾਂ ਸਵਰਗ ਬਣੇਗਾ ਹੀ ਤਾਂ ਜੇ ਗੁਣ ਵਾਲੇ ਇੱਥੇ ਆਉਣਗੇ। ਅਵਗੁਣ ਵਾਲਿਆਂ ਨੇ ਸੰਸਾਰ ਨੂੰ ਦੋਜ਼ਖ ਬਣਾਇਆ ਹੈ। ਦੁਨੀਆ ਤੋਂ ਨਫ਼ਰਤ ਦਾ ਇੱਕ ਹਿੱਸਾ ਬਣ ਗਿਆ ਹੈ ਜਿਹੜੀ ਮੁਕਤੀ ਹੈ। ਅਤੇ ਗੁਰੂ ਨੇ ਬਾਣੀ ਵਿੱਚ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗੇ ਸਗਲ ਗੁਣ ਅਵਗੁਣ ਨ ਕੋਈ ਹੋਏ ਨੀਤਾ ਨੀਤਾ। ਜਿਹਨਾਂ ਕੋਲ ਗੁਣ ਹੀ ਗੁਣ ਹੋਣ ਅਤੇ ਅਵਗੁਣ ਕੋਈ ਨਾ ਹੋਵੇ, ਉਹ ਤਾਂ ਨਿਤ ਨਿਤ ਹੋਣ, ਕਦੀ ਵਿਛੜਨ ਹੀ ਨਾ। ਉਹ ਚਲੇ ਵੀ ਜਾਣ ਅਤੇ ਉਹਨਾਂ ਦੀਆਂ ਯਾਦਾਂ ਹੀ ਮਨਾਈਆਂ। ਕਦੇ ਕਿਸੇ ਨੂੰ ਵੇਖਿਆ ਜੇ ਔਰੰਗਜ਼ੇਬ ਦੀ ਯਾਦ ਮਨਾਉਂਦਿਆਂ, ਕਦੇ ਨੂੰ ਵੇਖਿਆ ਜੇ ਹਿਟਲਰ ਦੀ ਬਰਸੀ ਮਨਾਉਂਦਿਆਂ, ਕਦੇ ਮੀਰ ਮੰਨੂ ਦੀ ਕਿਸੇ ਬਰਸੀ ਮਨਾਈ ਹੈ। ਕਿਉਂਕਿ ਲੋਕ ਗੁਣਾਂ ਨੂੰ ਪੂਜਦੇ ਨੇ। ਸਵਰਗ ਜੇ ਦੁਨੀਆਂ ਅੰਦਰ ਹੈ ਤਾਂ ਗੁਣਾਂ ਵਾਲਿਆਂ ਕਰਕੇ ਹੈ। ਉਹਨਾਂ ਦੀਆਂ ਲੋਕ ਯਾਦਾਂ ਮਨਾਉਂਦੇ ਨੇ, ਉਹਨਾਂ ਦੀਆਂ ਬਰਸੀਆਂ ਮਨਾਉਂਦੇ ਨੇ, ਉਹਨਾਂ ਨੂੰ ਚੇਤੇ ਕਰਦੇ ਨੇ, ਕਿਉਂਕਿ ਉਹ ਚਾਹੁੰਦੇ ਨੇ ਕਿ ਇਹੋ ਜਿਹੇ ਲੋਕ ਸਾਡੇ ਨਾਲ ਜੁੜੇ ਰਹਿਣ, ਸਾਡੇ ਜੀਵਨ ਨਾਲ ਸੰਬੰਧ ਬਣਿਆ ਰਹੇ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਸਗਲ ਗੁਣ ਅਵਗੁਣ ਨਾ ਕੋਈ ਹੋਏ ਨੀਤਾ ਨੀਤਾ। ਜੇ ਉਹ ਚਲੇ ਵੀ ਜਾਣ ਤਾਂ ਲੋਕ ਉਹਨਾਂ ਨੂੰ ਯਾਦ ਕਰਕੇ ਕਿਉਂ ਰੋਂਦੇ ਨੇ, ਉਹਨਾਂ ਦੀਆਂ ਅੱਖਾਂ ਕਿਉਂ ਭਰ ਜਾਂਦੀਆਂ ਨੇ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਹਕਾਰਾ ਆਇਆ। ਹਕਾਰਾ ਦਾ ਮਤਲਬ ਸੱਦਾ, ਹਾਕ ਮਾਰਨ ਵਾਲਾ। ਜਦੋਂ ਮੇਰੇ ਮਾਲਕ ਨੇ ਆਵਾਜ਼ ਦਿੱਤੀ, ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਾਹਿਬ ਸੇਤੀ ਘਰ ਆਓ। ਜਦੋਂ ਹਕਾਰਾ ਸੱਦਾ ਆਇਆ, ਹਕਾਰਾ ਆਇਆ ਜਾਂ ਤਿਸ ਵਾਇਆ, ਰੁਨੇ ਵੀਰ ਸੁਭਾਏ। ਉਦੋਂ ਬਹੁਤ ਸਾਰੇ ਲੋਕ ਅੱਖਾਂ ਭਰ ਆਏ, ਕੋਈ ਵਿਛੜ ਚੱਲਿਆ, ਕੋਈ ਜਾ ਰਿਹਾ। ਕਿਉਂ? ਇਸ ਲਈ ਨਹੀਂ
ਦੁਨੀਆ ਅੰਦਰ ਸੰਸਾਰ ਅੰਦਰ ਬੜੇ ਲੋਕ ਜਾਂਦੇ ਨੇ, ਸਾਰਿਆਂ ਨੂੰ ਯਾਦ ਕੋਈ ਨਹੀਂ ਕਰਦਾ। ਉਹ ਜਾਣ ਵਾਲੇ ਕੌਣ ਸਨ? ਪੁੱਤ, ਭਾਈ, ਭਤੀਜੇ। ਰੋਵੇਂ ਰੋਵੇਂ ਹੱਥ ਪਿਆਰੇ। ਫਿਰ ਕਹਿੰਦੇ ਨੇ ਕਿਉਂ ਰੋਏ, ਕਿਉਂ ਅੱਖਾਂ ਭਰੀਆਂ, ਕਿਉਂ ਯਾਦ ਨਾਲ ਜੁੜੇ? ਕਹਿਣ ਲੱਗੇ ਭੈ ਰੋਵੇ ਗੁਣ ਸਾਰ ਸੰਭਾਲੇ। ਉਹਦੇ ਗੁਣਾਂ ਦੀ ਸੰਭਾਲ ਹੈ, ਉਹਦੇ ਗੁਣਾਂ ਦੀ ਯਾਦ ਹੈ ਜਿਹੜੀ ਹਿਰਦੇ ਵਿੱਚੋਂ ਨਹੀਂ ਨਿਕਲਦੀ। ਜਿਸ ਦਿਨ ਸੰਸਾਰ ਅੰਦਰ ਗੁਣਾਂ ਨੂੰ ਇਕੱਤਰ ਕਰਨ ਵਾਲੇ ਲੋਕ ਪੈਦਾ ਹੋ ਜਾਣਗੇ। ਹੁਣ ਕੀ ਹੈ, ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿੰਦੇ ਨੇ ਲੋਕ ਅਵਗਣਾ ਕੀ ਬਣੇ ਗੰਠੜੇ, ਲੋਕ ਅਵਗਣਾ ਕੀ ਬਣੇ ਗੰਠੜੇ, ਗੁਣ ਨਾ ਵਿਆਜੈ ਕੋਇ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਲੋਕ ਅਵਗੁਣਾਂ ਦੀ ਗੰਠੜੀ ਬਣ ਰਹੇ ਨੇ ਤਾਂ ਉਹਦਾ ਨਤੀਜਾ ਸੰਸਾਰ ਇੱਕ ਦੋਜ਼ਿਕ ਬਣ ਰਿਹਾ ਹੈ, ਅਤੇ ਉਸ ਦੋਜ਼ਿਕ ਸੰਸਾਰ ਤੋਂ ਲੋਕਾਂ ਨੂੰ ਨਫ਼ਰਤ ਹੋ ਰਹੀ ਹੈ, ਅਤੇ ਉਹ ਨਫ਼ਰਤ ਜਿਹੜੀ ਹੈ ਉਹ ਉਹਨਾਂ ਲੋਕਾਂ ਦਾ ਨਜਾਇਜ਼ ਫਾਇਦਾ ਉਠਾਉਣ ਦਾ ਜ਼ਰੀਆ ਬਣ ਰਹੀ ਹੈ, ਜਿਹੜੀ ਆਖਦੇ ਨੇ ਜੇ ਤੂੰ ਧਰਮ ਕਰੇਗਾ ਤੈਨੂੰ ਮੁਕਤੀ ਮਿਲੇਗੀ, ਮੁਕਤੀ ਮਿਲੇਗੀ। ਗੁਰੂ ਕਹਿੰਦੇ ਨੇ ਨਹੀਂ, ਵਿਸ਼ਵਾਸ ਕਰ, ਜੇ ਤੂੰ ਅੰਦਰ ਰੱਬ ਨੂੰ ਵਸਾ ਲਏ ਤਾਂ ਵਿਸ਼ਵਾਸ ਕਰ, ਜਿੱਥੇ ਰੱਬ ਵਸਦਾ ਹੈ ਉਹ ਬੈਕੁੰਠ ਬਣ ਜਾਂਦਾ ਹੈ। ਜਿਸ ਦਿਨ ਤੇਰੇ ਮਨ ਅੰਦਰ ਗੁਣ ਰੂਪ ਪਰਮਾਤਮਾ ਵਸ ਗਿਆ, ਤੇਰਾ ਮਨ ਆਪਣਾ ਆਪ ਬੈਕੁੰਠ ਬਣ ਜਾਏਗਾ। ਤੂੰ ਆਖੇਂਗਾ ਮੈਨੂੰ ਕਿਸੇ ਬਾਹਰਲੇ ਬੈਕੁੰਠ ਦੀ ਲੋੜ ਨਹੀਂ, ਤੈਨੂੰ ਦੁਨੀਆ ਹੀ ਬੈਕੁੰਠ ਨਜ਼ਰ ਆਵੇਗੀ। ਫਿਰ ਤੂੰ ਆਖੇਂਗਾ ਤਾਂ ਬੈਕੁੰਠ ਜਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਪਰ ਸਤਿਗੁਰੂ ਨੇ ਇੱਕ ਲਫ਼ਜ਼ ਕਹਿਣੇ, ਕਹਿੰਦੇ ਨੇ ਇਹ ਸਭ ਕੁਝ ਵਿਚਾਰ ਮਿਲਦੇ ਕਿੱਥੋਂ ਨੇ, ਕਿੱਥੋਂ ਮਿਲਦੇ ਨੇ? ਸਤਿਗੁਰੂ ਪੁਰਖ ਮਿਲਾਏ ਮੈਨੂੰ, ਤੂੰ ਗੁਰੂ ਮਿਲਾ ਜਿਹੜਾ ਮੇਰੇ ਅਵਗੁਣ ਲੈ ਲੈ ਅਤੇ ਗੁਣ ਮੈਨੂੰ ਦੇ ਦੇਵੇ। ਜਿਸ ਦਿਨ ਗੁਣ ਮੇਰੇ ਕੋਲ ਆ ਗਏ ਉਸ ਦਿਨ ਗੁਣੀ ਆ ਜਾਏਗਾ, ਫੈਸਲਾ ਸਤਿਗੁਰੂ ਦਿੰਦੇ ਨੇ। ਸਤਿਗੁਰ ਪੁਰਖ ਮਿਲਾ, ਸਤਿਗੁਰ ਪੁਰਖ ਮਿਲਾ, ਅਵਗੁਣ ਵਿਕਣਾ, ਅਵਗੁਣ ਵਿਕਣਾ, ਗੁਣ ਰਵਾ ਅਵਗੁਣ ਵਿਕਣਾ, ਗੁਣ ਰਵਾ ਬਲਰਾਮ ਜੀਓ। ਸਤਿਗੁਰ ਪੁਰਖ ਮਿਲਾ, ਸਤਿਗੁਰ ਪੁਰਖ ਮਿਲਾ,
ਜਿਹੜਾ ਗੁਰੂ ਕੋਲ ਅਵਗੁਣ ਵੇਚ ਦੇਵੇ ਅਤੇ ਗੁਣ ਲੈ ਆਵੇ, ਗੁਣ ਖਰੀਦ ਲਵੇ, ਉਹਦੇ ਅੰਦਰ ਪ੍ਰਭੂ ਵੈਕੁੰਠ ਦਾ ਵਾਸੀ ਬਣ ਜਾਂਦਾ ਹੈ। ਉਹਨੂੰ ਫਿਰ ਕਿਸੇ ਵੈਕੁੰਠ ਦੀ ਲੋੜ ਨਹੀਂ। ਕਈ ਵੈਕੁੰਠ ਨਾਹੀਂ ਲਵੈ ਲਾਗੈ, ਮੁਕਤੀ ਬੱਪੜੀ ਵੀ ਗਿਆਨੀ ਤਿਆਗੈ। ਹੋਰ ਕਿਸੇ ਮੁਕਤੀ ਦੀ ਲੋੜ ਨਹੀਂ, ਕੇਵਲ ਗੁਣ ਆ ਜਾਣ ਅਤੇ ਗੁਣੀ ਗੁਣ ਕਹਿ ਗੁਣੀ ਸਮਾਮਣਿਆ, ਗੁਣੀ ਨਾਲ ਅਭੇਦਤਾ ਹੋ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿੱਖਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।